ਅਕਾਲ ਜੀ ਫਾਸਟ ਨਿਊਜ਼ ਹੈ ਇੰਡੀਆ ਗੁਰਦੇਵ ਸਿੰਘ ਬਿਊਰੋ ਚੀਫ ਤਰਨਤਾਰਨ ਅੱਜ ਅਸੀਂ ਪਹੁੰਚੇ ਨਗਰ ਜੰਡੋਕੇ ਦੇ ਵਿੱਚ ਔਰ ਨਗਰ ਜੰਡੋਕੇ ਦੇ ਵਿੱਚ ਬਾਬਾ ਦਾਸ ਜੀ ਦਾ ਜਿਹੜਾ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਵਾ ਔਰ ਬਾਬਾ ਦਾਸ ਜੀ ਦਾ ਜਿਹੜਾ ਜੱਦੀ ਘਰ ਹੈਗਾ ਵਾ ਉੱਥੇ ਅੱਜ ਸਾਡੀ ਟੀਮ ਨੂੰ ਪਹੁੰਚਣ ਦਾ ਮੌਕਾ ਮਿਲਿਆ ਵਾ ਔਰ ਬਾਬਾ ਦਾਸ ਜੀ ਦੀ ਜਿਹੜਾ ਸਾਲਾਨਾ ਜਿਹੜੀ ਬਰਸੀ ਮਨਾਈ ਜਾਂਦੀ ਆ ਉਹਦੇ ਵਿੱਚ ਉਹ ਘਰ ਪਰਿਵਾਰ ਦੇ ਜਿਹੜੇ ਮੁਖੀ ਆ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਵਾ ਸਾਰੀ ਸਿੱਖ ਸੰਗਤ ਨੂੰ ਜਿਹੜਾ ਜੋ ਵੀ ਫਾਸਟ ਨਿਊਜ਼ ਇੰਡੀਆ ਦੇ ਨਾਲ ਜੁੜਿਆ ਵਾ ਔਰ ਸਾਡਾ ਜਿਹੜਾ ਅੱਜ ਫੇਸਬੁੱਕ ਤੇ ਲਾਈਵ ਵੀ ਚੱਲ ਰਿਹਾ ਵਾ ਸਾਰਿਆਂ ਨੂੰ ਜਿਹੜਾ ਰੂਬਰੂ ਕਰਾਵਾਂਗੇ ਬਾਬਾ ਦਾਸ ਜੀ ਦੀ ਜੀਵਨੀ ਬਾਰੇ ਅੱਜ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਜੀ ਹਰਿਦਰਸ਼ਨ ਸਿੰਘ ਹਰਿਦਰਸ਼ਨ ਜੀ ਤੁਹਾਡੀ ਫਾਸਟ ਨਿਊਜ਼ ਇੰਡੀਆ ਟੀਮ ਜਿਹੜਾ ਵਾ ਸਵਾਗਤ ਕਰ ਰਹੀ ਹੈ ਸਾਡੇ ਚੈਨਲ ਆਉਣ ਵਾਸਤੇ ਔਰ ਅਸੀਂ ਬਾਬਾ ਦਾਸ ਜੀ ਦੇ ਬਾਰੇ ਤੁਹਾਡਾ ਗੱਲਾਂ ਸਾਂਝੀਆਂ ਕਰਾਂਗੇ ਕਿ ਜਿਹੜਾ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਕਿਵੇਂ ਬਾਬਾ ਦਾਸ ਜੀ ਦੀ ਜੀਵਨੀ ਹੈ ਕਿਸੇ ਕੋਲ ਜਿਹੜੀ ਸਿੱਖ ਸੰਗਤ ਜੋ ਕਿ ਨਗਰ ਦੇ ਬਾਹਰੋਂ ਜਿਹੜੇ ਪਿੰਡਾਂ ਦੇ ਵਿੱਚ ਉੱਥੇ ਸ਼ਮੂਲੀਅਤ ਕਰਦੀ ਆ ਰਹੀ ਉਹਦਾ ਜਿਹੜਾ ਵਾ ਕੁਛ ਨਾ ਕੁਛ ਤੁਹਾਨੂੰ ਦੱਸ ਸਕਦੇ ਪਹਿਲਾਂ ਮੈਂ ਫਾਸਟ ਨਿਊਜ਼ ਦਾ ਆਫਰ ਕਰ ਰਿਹਾ ਹਾਂ ਤੁਸੀਂ ਇੱਥੇ ਮੇਲੇ ਦੀ ਕਵਰੇਜ ਲੈਣ ਵਾਸਤੇ ਆਏ ਹੋ ਤੁਸੀਂ ਬਾਬਾ ਜੀ ਬਾਰੇ ਮੈਨੂੰ ਪੁੱਛਣਾ ਬਾਬਾ ਜੀ ਅੱਜ ਕੋਈ ਬਾਹਰ ਡੇਢ ਸੌ ਜੀ ਇੱਥੇ ਜਦੋਂ ਡੇਢ ਸਾਲ ਪਹਿਲਾਂ 1960 ਦੇ ਵਿੱਚ ਥੋੜ੍ਹਾ ਲੱਗ ਗਿਆ ਜੋ ਜੀਵਨ ਹਾਂਜੀ ਉਹ ਇੱਕ ਬਹੁਤ ਹੀ ਮਹਾਨ ਸੰਤ ਮਹਾਂਪੁਰਸ਼ ਸੀ ਜਿਹੜੇ ਲੋਕਾਂ ਦਾ ਇਲਾਜ ਕਰਦੇ ਸੀ ਆਯੁਰਵੇਦਿਕ ਦਵਾਈਆਂ ਦੇ ਨਾਲ ਅਤੇ ਗੁਰੂ ਘਰ ਦੇ ਨਾਲ ਜੁੜਦੇ ਹੀ ਬਹੁਤ ਧਾਰਮਿਕ ਸ਼ਖਸੀਅਤ ਸੀ ਉਹ ਜਿਹਦੇ ਉਹਨਾਂ ਦੀ ਆਪਣੀ ਔਲਾਦ ਨਹੀਂ ਸੀ ਹੈਗੀ ਉਹਨਾਂ ਦੀ ਅਤੇ ਉਹਨਾਂ ਨੇ ਮੇਰੇ ਪਿਤਾ ਜੀ ਨੂੰ ਛੋਟੇ ਹੁੰਦਿਆਂ ਹੀ ਗੋਦ ਲਿਆ ਸੀ ਅੱਗੇ ਉਹਨਾਂ ਨੇ ਵੀ ਅੱਗੇ ਬਹੁਤ ਸਾਰੇ ਲੋਕਾਂ ਦਾ ਟ੍ਰੀਟਮੈਂਟ ਕਰਕੇ ਇਲਾਜ ਕਰਕੇ ਆਯੁਰਵੇਦਿਕ ਜੜੀਆਂ ਬੂਟੀਆਂ ਦੇ ਨਾਲ ਅਤੇ ਉਹਨਾਂ ਨੇ ਅੱਗੇ ਪਰੰਪਰਾ ਨੂੰ ਅਗਾਂਹ ਤੁਰਦਾ ਕੀਤਾ ਅਤੇ ਅੱਜ ਉਹਨਾਂ ਦੀ ਬਰਸੀ ਆ ਜਿਹੜੀ ਅਸੀਂ ਬੜੇ ਉਤਸ਼ਾਹ ਦੇ ਨਾਲ ਮਨਾ ਰਹੇ ਹਾਂ ਔਰ ਜਿਸ ਤਰ੍ਹਾਂ ਤੁਹਾਡੇ ਬਾਬਾ ਜੀ ਤੋਂ ਬਾਅਦ ਵਿੱਚ ਤੁਹਾਡੇ ਪਾਪਾ ਜੀ ਨੇ ਜਿਹੜਾ ਲੋਕਾਂ ਦਾ ਜਿਹੜਾ ਆਯੁਰਵੈਦਿਕ ਤਰੀਕੇ ਦੇ ਨਾਲ ਇਲਾਜ ਕੀਤਾ ਵਾ ਔਰ ਇਹ ਆਯੁਰਵੈਦਿਕ ਇਲਾਜ ਕਰਕੇ ਲੋਕਾਂ ਦਾ ਇੱਕ ਕਹਿ ਸਕਦੇ ਕਿ ਵੀ ਇੱਕ ਮੁੱਢਲੀ ਸੇਵਾ ਹੈਗੀ ਆ ਕਿਉਂਕਿ ਡਾਕਟਰੀ ਲਾਈਨ ਦੇ ਵਿੱਚ ਤੁਸੀਂ ਕਿਸੇ ਦੇ ਕੋਲੋਂ ਰੁਪਈਆ 2 ਰੁਪਈਏ ਲੈ ਲਓਗੇ ਪਰ ਆਯੁਰਵੈਦਿਕ ਦੇ ਵਿੱਚ ਬਹੁਤ ਤਰ੍ਹਾਂ ਦਾ ਦੇਖਿਆ ਗਿਆ ਕਿ ਜਿਹੜੀ ਵੱਧ ਤੋਂ ਵੱਧ ਅਸੀਂ ਮਨੁੱਖਤਾ ਦੀ ਅਗਰ ਸੇਵਾ ਕਰ ਸਕਦੇ ਹਾਂ ਕੋਈ ਸਾਡੇ ਕੋਲੋਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਠੀਕ ਹੋ ਜਾਵੇ ਅਤੇ ਤੁਹਾਡੇ ਪਾਪਾ ਜੀ ਇਸ ਤਰ੍ਹਾਂ ਦੇ ਕਿੰਨੇ ਕੁ ਜਿਹੜੀਆਂ ਵਾ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਸੀਗੇ ਕਿ ਕਿੰਨੇ ਲੋਕ ਉਹਨਾਂ ਦੇ ਕੋਲ ਬਾਬਾ ਜੀ ਦੇ ਇਸ ਦੁਨੀਆ 'ਤੇ ਚਲੇ ਜਾਣ ਤੋਂ ਬਾਅਦ ਵਿੱਚ ਕਿੰਨੇ ਕੁ ਲੋਕ ਜੁੜੇ ਰਹੇ ਆਯੁਰਵੈਦਿਕ ਦੇ ਨਾਲ ਬਹੁਤ ਸਾਰੇ ਲੋਕ ਜੁੜੇ ਰਹੇ ਜੀ ਮੇਰੇ ਸਾਹਮਣੇ ਵੇਖਦਿਆਂ ਬਹੁਤ ਸਾਰੇ ਲੋਕ ਕੋਲ ਆਉਂਦੇ ਸੀ ਇਲਾਜ ਕਰਵਾਉਂਦੇ ਸੀ ਜੀ ਅਤੇ ਬਹੁਤ ਸਾਰੀਆਂ ਸ਼ੁਭ ਇਸ਼ਾਵਾਂ ਦੇ ਕੇ ਬਹੁਤ ਜ਼ਿਆਦਾ ਧੰਨਵਾਦ ਕਰਕੇ ਜਾਂਦੇ ਸੀ ਜਿਹੜੀਆਂ ਬਹੁਤ ਸਾਰੀਆਂ ਉਹਨਾਂ ਨੇ ਮੇਰੇ ਵੇਖਦਿਆਂ ਬਹੁਤ ਸਾਰੇ ਲਾ ਇਲਾਜ ਜਿਹੜੇ ਪੇਸ਼ੈਂਟ ਵੀ ਉਹਨਾਂ ਕੋਲ ਆਉਂਦੇ ਸੀ ਉਹਨਾਂ ਨੂੰ ਉਹ ਠੀਕ ਕਰ ਚੁੱਕੇ ਔਰ ਉਹਨਾਂ ਦੀ ਜਿਹੜੀ ਪਰੰਪਰਾ ਚੱਲੀ ਸੀਗੀ ਬਾਬਾ ਦਾਸ ਜੀ ਦੀ ਕਿ ਆਯੁਰਵੈਦਿਕ ਤਰੀਕੇ ਦੇ ਨਾਲ ਲੋਕਾਂ ਨੂੰ ਜਿਹੜਾ ਵਾ ਉਹ ਠੀਕ ਕਰਨਾ ਔਰ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਇੰਟਰਵਿਊ ਲੈ ਰਹੇ ਸੀਗੇ ਉਹਨਾਂ ਨੂੰ ਇੱਕ ਸੰਤ ਦਾ ਨਾਮ ਵੀ ਦਿੱਤਾ ਗਿਆ ਵਾ ਸੰਤ ਬਾਬਾ ਦਾਸ ਜੀ ਦੇ ਨਾਮ ਦੇ ਨਾਲ ਪੁਕਾਰਿਆ ਜਾਂਦਾ ਵਾ ਉਹਨਾਂ ਦੀ ਬਹੁਤ ਸਾਰੀ ਭਗਤੀ ਸੀ ਉਹ ਭਗਤ ਬਹੁਤ ਜ਼ਿਆਦਾ ਭਗਤੀ ਭਾਵਨਾ 'ਚ ਲੀਨ ਰਹਿੰਦੇ ਸੀ ਉਹ ਜੀ ਅਤੇ ਬਹੁਤ ਸਾਰੇ ਲੋਕਾਂ ਦੇ ਆਪਣੀ ਦ੍ਰਿਸ਼ਟੀ ਦੇ ਨਾਲ ਹੀ ਲੋਕਾਂ ਨੂੰ ਠੀਕ ਕਰ ਦਿੰਦੇ ਸੀ ਉਹ ਇੰਨੇ ਮਹਾਨ ਸੰਤ ਮਹਾਂਪੁਰਸ਼ ਸੀ ਲੋਕਾਂ ਕੋਲੋਂ ਮੈਂ ਆਪਣੇ ਬਚਪਨ ਦੇ ਵਿੱਚ ਬਜ਼ੁਰਗਾਂ ਦੇ ਕੋਲੋਂ ਸੁਣਦਾ ਰਿਹਾ ਅਤੇ ਬਹੁਤ ਸਾਰੇ ਉਹਨਾਂ ਦੇ ਵਧੀਆ ਕਾਰਨਾਮੇ ਉਹਨਾਂ ਦੇ ਲੋਕ ਸੁਣਾਉਂਦੇ ਰਹੇ ਆ ਕਿ ਕਿਸ ਤਰ੍ਹਾਂ ਲੋਕ ਉਹਨਾਂ ਕੋਲ ਬਿਲਕੁਲ ਜਿਹੜੇ ਲਾਇਲਾਜ ਲੋਕਾਂ ਨੂੰ ਲੈ ਕੇ ਆਉਂਦੇ ਸੀ ਅਤੇ ਲੋਕ ਹੱਸਦੇ ਜਾਂਦੇ ਸੀ ਅਤੇ ਅੱਜ ਤੱਕ ਜਿਹੜਾ ਵਾ ਸਾਲਾਨਾ ਜੋੜ ਮੇਲਾ ਜਿਸ ਤਰ੍ਹਾਂ ਤੁਸੀਂ ਹਰ ਸਾਲ ਮਨਾਉਂਦੇ ਆਏ ਹੋ ਮੇਰੇ ਖਿਆਲ ਕਿ ਤੁਹਾਡੀ ਏਜ ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਤੁਹਾਡੇ ਹੋ ਸਕਦਾ ਜਨਮ ਤੋਂ ਪਹਿਲਾਂ ਹੀ ਜਿਹੜਾ ਵਾ ਹਾਂਜੀ ਮੇਰੇ ਜਨਮ ਤੋਂ ਪਹਿਲਾਂ ਦਾ ਹੀ ਇਹ ਜਿਹੜੀ ਪਰੰਪਰਾ ਚੱਲਦੀ ਆਉਂਦੀ ਹੈ ਜਿਹੜੀ ਬਰਸੀ ਮੇਰੇ ਜਨਮ ਤੋਂ ਪਹਿਲਾਂ ਦੀ ਮਨਾਈ ਜਾਂਦੀ ਰਹੀ ਆ 1969 ਤੋਂ ਅੱਜ ਤੱਕ ਜਿਹੜੀ ਆ ਕੰਟੀਨਿਊਸ ਇਹ ਜਿਹੜਾ ਹਰ ਸਾਲ ਜਿਹੜੀ ਆ 4 ਫਰਵਰੀ ਨੂੰ ਮਨਾਇਆ ਜਾਂਦਾ ਦੇਸੀ ਮਹੀਨਾ 22 ਮਾਘ ਚਾਹੇ ਫਰਵਰੀ 3 ਹੋਵੇ ਜਾਂ 4 ਹੋਵੇ ਹਾਂਜੀ ਓਕੇ ਔਰ ਡਾਕਟਰ ਸਾਹਿਬ ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿੱਦਾਂ ਬਾਬਾ ਜੀ 1969 ਤੋਂ ਤੁਸੀਂ ਕਹਿੰਦੇ ਸੀ ਬਰਸੀ ਮਨਾਉਂਦੇ ਆ ਰਹੇ ਹਾਂ ਮੇਰੇ ਖਿਆਲ ਕਿ ਤੁਹਾਡਾ ਵੀ ਜਨਮ ਸ਼ਾਇਦ 1969 ਦਾ ਨਹੀਂ ਹੋਏਗਾ ਨਹੀਂ ਮੇਰਾ ਜਨਮ ਜਿਹੜਾ ਹੈਗਾ 1969 ਦਾ ਹੈਗਾ ਮੇਰੇ ਜਨਮ ਤੋਂ 10 ਸਾਲ ਪਹਿਲਾਂ ਦੇ ਬਾਬਾ ਜੀ ਸਰੀਰ ਛੱਡ ਚੁੱਕੇ ਸੀ ਹਾਂਜੀ ਔਰ ਉਦੋਂ ਤੋਂ ਲੈ ਕੇ ਅੱਜ ਤੱਕ ਕੀ ਬਦਲਾਅ ਆਇਆ ਜਿਹੜਾ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਵਾ ਕਿ ਉਦੋਂ ਕਿਹੜੇ ਤਰੀਕੇ ਦੇ ਨਾਲ ਮਨਾਇਆ ਜਾਂਦਾ ਸੀਗਾ ਜਿਸ ਤਰ੍ਹਾਂ ਨਵੀਂ ਟੈਕਨੋਲੋਜੀ ਨਵੀਆਂ ਤਕਨੀਕਾਂ ਆ ਗਈਆਂ ਵਾ ਜਾਂ ਨਵੀਂ ਪੀੜ੍ਹੀ ਦੇ ਵਿੱਚ ਨਵੀਆਂ ਚੀਜ਼ਾਂ ਆ ਗਈਆਂ ਕਿਹੜੇ ਤਰੀਕੇ ਨਾਲ ਬਦਲਾਅ ਆਇਆ ਕਿ ਉਦੋਂ ਦਾ ਸਾਲਾਨਾ ਜੋੜ ਮੇਲਾ ਅਤੇ ਅੱਜ ਦੇ ਸਾਲਾਨਾ ਜੋੜ ਮੇਲੇ ਵਿੱਚ ਕੀ ਫਰਕ ਆ ਉਦੋਂ ਸਿਰਫ ਅਸੀਂ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਜੀ
अज वेखद वेखद 15-20 सालों तो हौली हौली दुकाना लगनिया शुरू हुई तो अज बड़े वधिया बड़े जिन्हों कह सकते हैं कि एक नैशनल लैवल का कबड्डी का मैच भी करवाया जाता बहुत सारिया शख्सियत जिहड़ियां राजनीतिक शख्सियत वधिया वधिया परसनैलिटीज जिहड़ियां वह भी आ के मेले की शोभा वधाउंदियां बहुत सारा बदलाव है। धन्यवाद जी डॉक्टर साहब जी तुहाडा। डॉक्टर साहब ने दस्सिया कि नवे तरीके दे नाल जिस तरह कह सकते हैं कि जमाना जिवें जिवें चेंज हुंदा गया वा पहला जस्ट अखंड पाठ साहिब जी दे भोग पाए जांदे सी और संगतां जिहड़ियां वा प्रशादा पानी छक के जिहड़ा वा बाबा जी दीआं खुशियां प्राप्त करदे सी अज इत्थे कबड्डी दे मैदान जिहड़ियां वा प्रशादा पानी छक के जिहड़ा वा बाबा जी दीआं खुशियां प्राप्त करदे सी अज इत्थे कबड्डी दे मैच भी करवाए जांदे ने और बाबा मनजीत सिंह जी दे भी व्यू लैके आए हैं गुरद्वारा बाबा जीवन सिंह जी तो उन्होंने कहा कि बच्चे जिहड़े आ इत्थे गतका दे गतके दे जौहर दिखा के जिहड़े वह भी खुशियां प्राप्त करदे आ कहण दा भाव हैगा वा कि बाबा बाबा दास जी का सालाना जोड़ मेला दिन ब दिन जिहड़ा वा उन्हां दा सालाना जोड़ मेला बड़ी खुशी दे नाल मनाया जांदा वा और अज साडी जिहड़ी आ टीम ने फास्ट न्यूज़ इंडिया ने इत्थे जिहड़ी विजिट करके जिहड़ा वा फास्ट न्यूज़ इंडिया जिहड़ा वा फेसबुक ते लाइव होके नैशनल लैवल ते जिहड़ा वा इस सालाना जोड़ मेले नूं दिखाया वा उम्मीद करते हैं कि आने वाले समय के जिहड़ा वा होर भी संगत जिहड़ियां वध तों वध इत्थे शमूली करके बाबा जी दीआं खुशियां प्राप्त करनगे। गुरदेव सिंह फास्ट न्यूज़ ब्यूरो चीफ तरन तारन। थैंक यू।